ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੈਪਿੰਗ ਸਟੋਨ ਪੰਜਾਬੀ ਰੀਡਰ ਪੰਜ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਮੈਂ ਅਰਸ਼ਿੰਦਰ ਪਾਲ ਗੌਰ ਅੱਜ ਤੁਹਾਡੇ ਲਈ ਪਾਠ ਨੰਬਰ 26 ਲੈ ਕੇ ਹਾਜ਼ਰ ਹਾਂ ਚਲੋ ਚੱਲੀਏ ਨਵਾਂ ਪਾਠ ਸਿੱਖੀਏ ਸਾਡਾ ਅੱਜ ਦਾ ਪਾਠ ਹੈ ਪਤੀਲੇ ਦੀ ਮੌਤ ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਔਖੇ ਸ਼ਬਦਾਂ ਦੇ ਅਰਥ ਸਿੱਖਾਂਗੇ ਤਾਂ ਜੋ ਸਾਨੂੰ ਪਾਠ ਸਿੱਖਣਾ ਸੌਖਾ ਹੋ ਜਾਵੇ ਤਕਤੀਲਾ ਪੌਟ ਕੌਲੀ ਬੋਲ ਕਿਵੇਂ ਹਾਉ ਚਲਾਕੀ ਗੇਮ ਜਾਂ ਕਲੇਵਰਨੈਸ ਲੰਘ ਗਏ ਪਾਸਟ ਚਿੱਕਿਆ screamed load need sharminda embarrassed muh bada ke made a face nimarta politeness imandar honest samjh a gayi understood so sada aj da paath hai atila atila pot di maut maut hunde a death death of the pot so is it possible let's see uh, what the lesson says baba ditta ek bahut syana si oh apni syanpnal lokan nu jhooth vi sach karke dikha denda si baba ditte di ek kahani is tarah chali baba ditta ek bahut syana banda si oh apni syanat da syana wise right ਸੋ ਸਿਆਣਪ ਦੇ ਨਾਲ ਆਪਣੀ ਵਿਜ਼ਡਮ ਨਾਲ ਲੋਕਾਂ ਨੂੰ ਝੂਠ ਵੀ ਸੱਚ ਕਰਕੇ ਦਿਖਾ ਦਿੰਦਾ ਕਿ ਲੋਕੀ ਉਸ ਝੂਠ ਨੂੰ ਵੀ ਸੱਚ ਮੰਨ ਲੈਂਦੇ ਹੈਨਾ ਸੋ ਬਾਬੇ ਦਿੱਤੇ ਦੀ ਇਹ ਕਹਾਣੀ ਇਸ ਤਰ੍ਹਾਂ ਚੱਲੀ ਚਲੋ ਪੜੀਏ ਕਹਾਣੀ ਇੱਕ ਵਾਰੀ ਬਾਬੇ ਦਿੱਤੇ ਨੇ ਆਪਣੇ ਗਵਾਂਢੀ ਬੰਤੇ ਕੋਲੋਂ ਇੱਕ ਪਤੀਲਾ ਉਧਾਰਾ ਮੰਗਿਆ ਗਵਾਂਢੀ ਨੇਬਰ ਹੈਨਾ ਉਧਾਰਾ ਬੋਰੋ ਕਰਨ ਵਾਸਤੇ ਮੰਗਿਆ ਸੋ ਪਤੀਲਾ ਕੁਝ ਦਿਨਾਂ ਬਾਅਦ ਉਸਨੇ ਇੱਕ ਛੋਟੀ ਕੌਲੀ ਪਤੀਲੇ ਵਿੱਚ ਪਾਈ ਤੇ ਗਵਾਂਢੀ ਕੋਲ ਚਲਾ ਗਿਆ ਆ ਲੈ ਪਾਈ ਤੇਰਾ ਪਤੀਲਾ ਬਾਬੇ ਦਿੱਤੇ ਨੇ ਨਿਮਰਤਾ ਨਾਲ ਕਿਹਾ ਪਰ ਇਹ ਕੌਲੀ ਤਾਂ ਮੇਰੀ ਨਹੀਂ ਬੰਤੇ ਨੇ ਕੌਲੀ ਵਾਲ ਇਸ਼ਾਰਾ ਕਰਕੇ ਕਿਹਾ ਪਾਈ ਮੇਰੇ ਘਰ ਵਿੱਚ ਤੇਰੇ ਪਤੀਲੇ ਨੇ ਇਸ ਕੌਲੀ ਨੂੰ ਜਨਮ ਦਿੱਤਾ ਜਨਮ ਦਿੱਤਾ ਜਨਮ ਦੇਣਾ ਹੁੰਦਾ gave birth na so janam ditta gave birth to this kali so hun eh kali teri hoyi na baba ditte ne bahut pyar naal bante nu keha banta bahut khush hoya usne patila ate kali dono me le le usne sochya baba challa ho gaya challa ki hunda challa matlab pagal ho gaya he he has gone mad hai na kujh din baad baba ditta fir bante kol gaya te usda patila udhara le aya ਬੰਤੇ ਨੇ ਖੁਸ਼ੀ-ਖੁਸ਼ੀ ਪਤੀਲਾ ਫਿਰਦੇ ਦਿੱਤਾ ਕੁਝ ਹਫ਼ਤੇ ਲੰਘ ਗਏ ਹਫ਼ਤੇ ਤੁਹਾਨੂੰ ਪਤਾ ਹੈ ਵੀਕਸਨ ਸਮ ਵੀਕਸ ਪਾਸਡ ਬੰਤੇ ਨੂੰ ਆਪਣੇ ਪਤੀਲੇ ਦੀ ਲੋੜ ਪਈ ਤਾਂ ਉਹ ਬਾਬੇ ਦਿੱਤੇ ਦੇ ਘਰ ਗਿਆ ਤੇ ਉਸ ਕੋਲੋਂ ਆਪਣਾ ਪਤੀਲਾ ਵਾਪਸ ਮੰਗਿਆ ਭਾਈ ਬੰਤਿਆ ਬਹੁਤ ਅਫਸੋਸ ਹੈ ਅਫਸੋਸ ਇਟਸ ਆਮ ਵੈਰੀ ਸੌਰੀ ਬਾਬਾ ਜਿਹੜਾ ਦਿੱਤਾ ਕਹਿੰਦੇ ਮੈਂ ਤੇਰਾ ਪਤੀਲਾ ਵਾਪਸ ਨਹੀਂ ਕਰ ਸਕਦਾ ਬਾਬੇ ਦਿੱਤੇ ਨੇ ਬਹੁਤ ਉਦਾਸ ਮੂਹ ਬਣਾ ਕੇ ਉੱਤਰ ਦਿੱਤਾ ਤੇਰਾ ਪਤੀਲਾ ਮਰ ਗਿਆ ਹੈ ਮਰ ਗਿਆ ਹੈ ਬੰਤਾ ਜੋਰ ਨਾਲ ਚੀਕਿਆ ਇਹ ਕਿਵੇਂ ਹੋ ਸਕਦਾ ਹੈ ਇੱਕ ਪਤੀਲਾ ਕਿਵੇਂ ਮਰ ਸਕਦਾ ਹੈ ਬੱਲੇ ਬਈ ਬੱਲੇ ਤੈਨੂੰ ਯਕੀਨ ਕਿਉਂ ਨਹੀਂ ਆ ਰਿਹਾ ਕਿ ਤੇਰਾ ਪਤੀਲਾ ਮਰ ਗਿਆ ਹੈ ਜਦ ਤੈਨੂੰ ਇੱਕ ਕੌਲੀ ਮਿਲੀ ਸੀ ਤਾਂ ਤੂੰ ਮੰਨ ਗਿਆ ਸੀ ਕਿ ਤੇਰੇ ਪਤੀਲੇ ਨੇ ਇੱਕ ਕੌਲੀ ਨੂੰ ਜਨਮ ਦਿੱਤਾ ਹੈ ਜੇ ਪਤੀਲਾ ਜਨਮ ਦੇ ਸਕਦਾ ਹੈ ਤਾਂ ਮਾਰ ਵੀ ਤਾਂ ਸਕਦਾ ਹੈ ਨਾ ਰਾਈਟ ਸਮਝ ਆਈ ਕਿ ਨਾ ਬਾਬੇ ਦਿੱਤੇ ਨੇ ਦਰਵਾਜ਼ਾ ਬੰਦ ਕਰ ਦਿੱਤਾ ਬੰਤੇ ਨੂੰ ਬਾਬੇ ਦੀ ਚਲਾਕੀ ਸਮਝ ਆ ਗਈ ਅਤੇ ਉਹ ਸ਼ਰਮਿੰਦਾ ਹੋ ਕੇ ਖਾਲੀ ਹੱਥ ਘਰ ਵਾਪਸ ਚਲਾ ਗਿਆ ਨਾ ਸੋ ਬੜੀ ਮਜ਼ੇਦਾਰ ਕਹਾਣੀ ਬੜੀ ਇੰਟਰਸਟਿੰਗ ਕਹਾਣੀ ਸੀ ਕਿ ਪਤੀਲੇ ਨੇ ਪਹਿਲਾ ਕੋਲੀ ਨੂੰ ਜਨਮ ਦਿੱਤਾ ਤੇ ਫਿਰ ਪਤੀਲਾ ਆਪ ਮਰ ਗਿਆ ਦੋਨੋਂ ਗੱਲਾਂ ਸੱਚੀਆਂ ਤੇ ਨਹੀਂ ਬਾਬੇ ਲੇਕਿਨ ਬਾਬੇ ਦਿੱਤੇ ਨੇ ਬੰਤੇ ਨੂੰ ਇਹਨਾਂ ਦੋਆ ਗੱਲਾਂ ਨੂੰ ਮਨਵਾ ਦਿੱਤਾ ਹੈ ਨਾ ਸੋ نو ਹੀ ਕਨਵਿੰਸਡ ਹਿਮ ਕੈ ਲੋਹਣਾ ਸੋ ਅਮ ਆਪਾ ਦੇਖਿਆ ਕਿ ਬਾਬਾ ਦਿੱਤਾ ਜਿਹੜਾ ਹੈ ਉਹ ਕਿੰਨੇ ਚਲਾਕ ਹੈ ਨਾ ਕਿੰਨੇ ਆਪਣੀਆਂ ਗੱਲ ਉਹਨਾਂ ਨੇ ਮਨਵਾ ਦਿੱਤੀ बनतेनु ठीक है सो हम असे फॉलो अप एक्टिविटी करदे हां फाइंड ऑल द वोकैबुलरी वर्ड्स इन दिस स्टोरी एंड सर्कल देम सो ਤੁਹਾਨੂੰ ਪਤਾ ਹੈ ਜਿਹੜੇ ਵੋਕੈਬਲਰੀ ਵਰਡਸ ਉੱਥੇ ਲਿਖੇ ਹੋਏ ਸੀਗੇ ਤੁਸੀਂ ਉਹਨਾਂ ਨੂੰ ਲੱਭਣਾ ਹੈ ਤੇ ਉਹਨਾਂ ਨੂੰ ਸਰਕਲ ਕਰਨਾ ਹੈ ਫਿਰ ਇਸ ਸਟੋਰੀ ਨੂੰ ਡੂ ਅ ਪਲੇ ਵਿਦ தி ਸਟੋਰੀ 1 ਪਰਸਨ ਕੈਨ ਬੀ ਬਾਬਾ ਦਿੱਤਾ 1 ਪਰਸਨ ਕੈਨ ਬੀ ਬੰਤਾ ਐਂਡ 1 ਪਰਸਨ ਇਜ਼ ਨਰੇਟਰ ਹੈ ਨਾ ਸੋ ਤੁਸੀਂ ਇੱਕ ਕਹਾਣੀ ਜਿਹੜੀ ਹੈ ਇਹਨੂੰ ਤੁਸੀਂ ਐਕਟ ਕਰਨਾ ਹੈ ਇਸ ਕਹਾਣੀ ਤੇ ਸੋਮਵਰ ਕਰਦਾ ਕੰਮ ਰਿਕਾਰਡ ਰਿਕਾਰਡ ది ਸਟੋਰੀ ਸੈਂਡ ਦਾ ਆਡੀਓ ਵੀਡੀਓ ਰਿਕਾਰਡਿੰਗ ਟੂ ਹਿਅਰ ਟੀਚਰ ਸੋ ਅੱਗੇ ਵੀ ਅਸੀਂ ਕਰਦੇ ਹਾਂ ਕਿ ਅਸੀਂ ਇਸ ਕਹਾਣੀ ਨੂੰ ਬਾਰ-ਬਾਰ ਪੜ੍ਹਦੇ ਹਾਂ ਤੇ ਟਾਈਮ ਚੈੱਕ ਕਰਦੇ ਹਾਂ ਕਿ ਅਸੀਂ ਕਿੰਨਾ ਟਾਈਮ ਲਿਆ ਸੀ ਕਹਾਣੀ ਪੜ੍ਹਨ ਵਾਸਤੇ ਸੋ ਇਸ ਵਾਰੀ ਤੁਸੀਂ ਉਹਦੀ ਰਿਕਾਰਡਿੰਗ ਜਿਹੜੀ ਆਪਣੇ ਟੀਚਰ ਨੂੰ ਭੇਜੋਗੇ ਇਹ ਕਹਾਣੀ ਰਿਕਾਰਡ ਕਰੋ ਟੀਚਰ ਨੂੰ ਰਿਕਾਰਡਿੰਗ ਭੇਜੋ ਠੀਕ ਹੈ ਜੀ ਜ਼ਰੂਰ ਕਰਨਾ ਮੰਗਲਵਾਰ ਘਰ ਦਾ ਕੰਮ ਠੇਠਾ ਲਿਖੇ ਪ੍ਰਸ਼ਨਾਂ ਦੇ ਠੀਕ ਉੱਤਰ ਚੁਣੋ ਬਾਬਾ ਦਿੱਤਾ ਕਿਸ ਤਰ੍ਹਾਂ ਦਾ ਇਨਸਾਨ ਸੀ ਬਾਬਾ ਦਿੱਤਾ ਇੱਕ ਬਹੁਤ ਹੀ ਭੈੜਾ ਇਨਸਾਨ ਸੀ ਜਾਂ ਬਾਬਾ ਦਿੱਤਾ ਇੱਕ ਬਹੁਤ ਹੀ ਹਾਜ਼ਰ ਜਵਾਬ ਇਨਸਾਨ ਸੀ ਜਿਹੜਾ ਹਾਜ਼ਰ ਜਵਾਬ ਹੁੰਦਾ ਜਿਹੜਾ ਬਹੁਤ ਕੁਇਕ ਰਿਸਪਾਂਸ ਦਿੰਦਾ ਹੈ ਨਾ ਬਾਬਾ ਦਿੱਤਾ ਇੱਕ ਬਹੁਤ ਹੀ ਮਨੋਰੰਜਕ ਇਨਸਾਨ ਸੀ ਇੰਟਰਸਟਿੰਗ ਹੈ ਨਾ ਸੋ ਤੁਸੀਂ ਦੇਖਣਾ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਬਾਬਾ ਦਿੱਤਾ ਬਾਬੇ ਦਿੱਤੇ ਨੇ ਗਵਾਂਢੀ ਕੋਲੋਂ ਕੀ ਉਧਾਰਾ ਮੰਗਿਆ ਕੀ ਉਧਾਰਾ ਮੰਗਿਆ ਵਾਟ ਡਿਡ ਬਾਬਾ ਦਿੱਤਾ ਬੋਰੋ ਫਰਮ ਦਾ ਨੇਬਰ ਬਾਬੇ ਦਿੱਤੇ ਨੇ ਗਵਾਂਢੀ ਕੋਲੋਂ ਇੱਕ ਕੌਲੀ ਉਧਾਰੀ ਲਈ ਬਾਬੇ ਦਿੱਤੇ ਨੇ ਗਵਾਂਢੀ ਕੋਲੋਂ ਇੱਕ ਗਦਾ ਉਧਾਰਾ ਲਿਆ ਜਾਂ ਫਿਰ ਬਾਬੇ ਦਿੱਤੇ ਨੇ ਗਵਾਂਢੀ ਕੋਲੋਂ ਇੱਕ ਪਤੀਲਾ ਉਧਾਰਾ ਲਿਆ ਬਾਬੇ ਦਿੱਤੇ ਦਾ ਗਵਾਂਢੀ ਕਿਸ ਤਰ੍ਹਾਂ ਦਾ ਇਨਸਾਨ ਸੀ ਬਾਬੇ ਦਿੱਤੇ ਦਾ ਗਵਾਂਡੀ ਇੱਕ ਬਹੁਤ ਸਿਆਣਾ ਇਨਸਾਨ ਸੀ ਬਾਬੇ ਦਿੱਤੇ ਦਾ ਗਵਾਂਡੀ ਇੱਕ ਬਹੁਤ ਹੀ ਝੂਠਾ ਇਨਸਾਨ ਸੀ ਜਾਂ ਬਾਬੇ ਦਿੱਤੇ ਦਾ ਗਵਾਂਡੀ ਇੱਕ ਪੋਲਾ ਇਨਸਾਨ ਸੀ ਤੁਸੀਂ ਉਹਨਾਂ ਨੂੰ ਕਿਸ ਕੀ ਉਹਨਾਂ ਬਾਰੇ ਸੋਚਦੇ ਹੋ ਅ ਜਿਹੜੇ ਬਾਬੇ ਦਿੱਤੇ ਦੇ ਗਵਾਂਡੀ ਸੀ ਕੇ ਬੰਤੇ ਜੀ ਹੈ ਨਾ ਬੰਤਾ ਜੀ ਉਹਨਾਂ ਬਾਰੇ ਕੀ ਸੋਚਦੇ ਹੋ ਤੁਸੀਂ ਦਾ ਆਨਸਰ ਦੇਣਾ ਬਾਬੇ ਦਿੱਤੇ ਨੇ ਇਹ ਕਿਉਂ ਕਿਹਾ ਕਿ ਪਤੀਲਾ ਮਰ ਗਿਆ ਹੈ ਕਿਉਂਕਿ ਪਤੀਲਾ ਬਹੁਤ ਬਿਮਾਰ ਸੀ ਕਿਉਂਕਿ ਉਹ ਪਤੀਲਾ ਗਵਾਂਡੀ ਨੂੰ ਵਾਪਸ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਉਸਨੇ ਪਤੀਲੇ ਨੂੰ ਮਰਦੇ ਦੇਖਿਆ ਸੀ ਸੋ ਟੂ ਸੀ ਅਨਸਰ ਦਸਨਾ ਕਿ ਤੁਸੀਂ ਕਹਾਣੀ ਪੜ੍ਹ ਕੇ ਤੁਹਾਨੂੰ ਲੱਗਦਾ ਹੈ ਬਾਬੇ ਦਿੱਤੇ ਨੇ ਗਵਾਂਡੀ ਬਾਬੇ ਦਿੱਤੇ ਦੇ ਗਵਾਂਡੀ ਨੇ ਬਾਬੇ ਨੂੰ ਦੂਜੀ ਵਾਰ ਪਤੀਲਾ ਕਿਉਂ ਦਿੱਤਾ ਤੁਸੀਂ ਕੀ ਸੋਚਦੇ ਹੋ ਸ਼ਾਇਦ ਉਸਨੇ ਸੋਚਿਆ ਹੋਵੇ ਕਿ ਉਸ ਨੂੰ ਇੱਕ ਹੋਰ ਕਾਲੀ ਮਿਲੇਗੀ ਸ਼ਾਇਦ ਉਸਨੇ ਸੋਚਿਆ ਹੋਵੇ ਕਿ ਉਸ ਨੂੰ ਇੱਕ ਪਤੀਲਾ ਹੋਰ ਮਿਲੇਗਾ ਸ਼ਾਇਦ ਉਸ ਦਾ ਪਤੀਲਾ ਪੁਰਾਣਾ ਸੀ ਪੁਰਾਣਾ ਤੁਹਾਨੂੰ ਪਤਾ ਹੈ ਪੁਰਾਣਾ ਹੁੰਦਾ ਓਲਡ ਹੈ ਨਾ ਬੁੱਧਵਾਰ ਕਰਦਾ ਕੰਮ ਹੇਠ ਲਿਖੇ ਸ਼ਬਦਾਂ ਨੂੰ ਕਹਾਣੀ ਵਿੱਚ ਠੀਕ ਥਾਂ ਤੇ ਲਿਖੋ ਫਿਲ ਇਨ ਦਾ ਬਲੈਂਕਸ ਵਿਦ ਕਰੈਕਟ ਵਰਡ ਸ਼ਾਇਦ ਕੋਈ ਵਰਡ ਦੋ ਵਾਰ ਯੂਜ਼ ਹੋ ਜਾਵੇ ਜਾਂ ਦੋ ਜਾਂ ਦੋ ਤੋਂ ਵੱਧ ਵਾਰੀ ਇੱਕ ਵਾਰੀ ਬਾਬੇ ਦਿੱਤੇ ਨੇ ਆਪਣੇ ਡੈਸ਼ ਕੋਲੋਂ ਇੱਕ ਡੈਸ਼ ਉਧਾਰਾ ਮੰਗਿਆ ਤੁਹਾਨੂੰ ਪਤਾ ਹੈ ਆਪਾਂ ਕਿਹੜਾ ਪਾਠ ਪੜ੍ਹ ਰਹੇ ਹਾਂ ਤੇ ਕੀ ਉਹਨਾਂ ਨੇ borrow ਕੀਤਾ ਸੀ ਆਪਣੇ ਨੇਬਰ ਤੋਂ ਆਪਣੇ ਗੁਆਂਢੀ ਤੋਂ ਕੁਝ ਦਿਨਾਂ ਡੈਸ਼ ਉਸਨੇ ਇੱਕ ਡੈਸ਼ ਕੌਲੀ ਪਤੀਲੇ ਵਿੱਚ ਪਾਈ ਤੇ ਡੈਸ਼ ਕੋਲ ਚਲਾ ਗਿਆ রাইਟ ਆ ਲੈ ਪਾਈ ਤੇਰਾ ਡੈਸ਼ রাইਟ ਬਾਬੇ ਦਿੱਤੇ ਨੇ ਡੈਸ਼ ਦਾਲ ਕਿਹਾ ਬਲੈਕ ਹੈ ਨਾ ਸੋ ਇਹ ਜਿਹੜੇ ਵਰਡਸ ਹੈਗੇ ਬਾਦ ਛੋਟੀ ਨਿਮਰਤਾ ਗੁਆਂਢੀ ਪਤਲਾ এজਡ ਸ਼ਬਦ ਹੈ ਕਿ ਇਹਨਾਂ ਬਲੈਂਕ ਸਵਿਚ ਤੁਸੀਂ ਭਰੋਗੇ ਠੀਕ ਹੈ ਤੁਹਾਡੇ ਕੋਲ ਵਰਡ ਹਨ ਪੰਜ ਤੁਹਾਡੇ ਕੋਲ ਬਲੈਂਕ ਹਨ ਸੱਤ ਰਾਈਟ ਸੋ ਤੁਸੀਂ ਦੇਖੋਗੇ ਕਿ 2 4 6 ਤੇ 7 ਹਾਂਜੀ ਸੋ ਤੁਸੀਂ ਕਿਹੜਾ ਵਰਡ ਇੱਕ ਤੋਂ ਜ਼ਿਆਦਾ ਵਾਰ ਵਰਤਿਆ ਗਿਆ ਹੈ ਇੱਥੇ ਵੀਰਵਾਰ ਕਰਦਾ ਕੰਮ ਹੇਠਾਂ ਲਿਖੇ ਹਰ ਵਾਕ ਦੇ ਸਾਹਮਣੇ ਕਹਾਣੀ ਦੇ ਅਨੁਸਾਰ ਠੀਕ ਨੰਬਰ ਲਿਖੋ ਕਿਉਂਕਿ ਇਹ ਜਿਹੜੀਆਂ ਇਵੈਂਟ ਸਿੱਗੀਆਂ ਇਹ ਆਊਟ ਆਫ ਆਰਡਰ ਨੇ ਯੂ ਹੈਵ ਟੂ ਪੁੱਟ them ਇਨ ਆਰਡਰ ਸੋ ਤੁਸੀਂ ਅਨ ਆਰਡਰ ਆਫ ਇਵੈਂਟ ਅਥੇ ਲਿਖੋਗੇ ਬਾਬੇ ਦਿੱਤੇ ਨੇ ਗਵਾਂਡੀ ਨੂੰ ਪਤਿਲੇ ਦੇ ਨਾਲ ਇੱਕ ਕੌਲੀ ਵਾਪਸ ਕੀਤੀ ਬਾਬੇ ਦਿੱਤੇ ਨੇ ਗਵਾਂਡੀ ਕੋਲੋਂ ਪਤਿਲਾ ਵੰਗਿਆ ਠੀਕ ਹੈ ਬਾਬੇ ਦਿੱਤੇ ਨੇ ਦਰਵਾਜ਼ਾ ਬੰਦ ਕਰ ਦਿੱਤਾ ਗਵਾਂਡੀ ਨੂੰ ਪਤਿਲੇ ਦੀ ਲੋੜ ਪਈ ਉਹ ਬਾਬੇ ਦਿੱਤੇ ਦੇ ਘਰ ਗਿਆ ਬਾਬਾ ਦਿੱਤਾ ਪਤਿਲਾ ਫਿਰ ਉਧਾਰਾ ਲੈ ਆਇਆ ਗਵਾਂਡੀ ਜੋਰ ਨਾਲ ਚਿੱਕਿਆ ਅੱਗੇ ਤੇਰਾ ਪਤੀਲਾ ਮਰ ਗਿਆ ਹੈ ਬਾਬੇ ਇਹ ਕਲੀ ਤਾਂ ਮੇਰੀ ਨਹੀਂ ਸੋ ਤੁਸੀਂ ਇਹਨਾਂ ਨੂੰ ਦੇਖੋਗੇ ਕਿ ਪਹਿਲਾਂ ਬਾਬੇ ਦਿੱਤੇ ਨੇ ਕੀ ਮੰਗਿਆ ਸੀ ਜਾਂ ਕੀ ਹੋਇਆ ਸੀ ਇਹ ਜਿਹੜੀਆਂ ਇਵੈਂਟਸ ਸਕੇ ਆਊਟ ਆਫ ਆਰਡਰ ਇਨਨੂੰ ਪੁਟ ਥੈਮ ਇਨ ਆਰਡਰ ਸੋ ਅੱਜ ਦਾ ਪਾਰਟ ਸਾਡਾ ਬੜਾ ਇੰਟਰਸਟਿੰਗ ਸੀ ਤੇ ਅੱਜ ਦਾ ਪਾਰਟ ਸਾਡਾ ਇੰਨਾ ਹੀ ਸੀ ਹੁਣ ਅਸੀਂ ਸਾਰੇ ਆਪਨਾ ਚੰਗੀ ਤਰ੍ਹਾਂ ਆਪਣਾ ਕੰਮ ਕਰਾਂਗੇ ਤੇ ਉਦੋਂ ਤੱਕ ਅਸੀਂ ਅਮ ਪਾਠ ਬੰਦ ਕਰਦੇ ਹਾਂ ਹੁਣ ਤੇ ਫਤਿਹ ਬੁਲਾਉਂਦੇ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ